ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਵਰਤੇ ਜਾਂਦੇ ਪਲਾਸਟਿਕ ਦੇ ਲਿਫਾਫੇ 1 ਅਪ੍ਰੈਲ ਤੋਂ ਬੰਦ ਹੋ ਜਾਣਗੇ ਅਤੇ ਇਹਨਾਂ ਦੀ ਥਾਂ ਤੇ ਮੱਕੀ ਅਤੇ ਆਲੂਆਂ ਤੋਂ ਬਣੇ ਹੋਏ ਲਿਫਾਫਿਆਂ ਦੀ ਵਰਤੋਂ ਹੋਵੇਗੀ। ਇਸ ਸੰਬੰਧ ਵਿੱਚ ਪੰਜਾਬ ਪ੍ਰਦੂਸ਼ਣ ਕੇਂਦਰ ਕੰਟਰੋਲ ਬੋਰਡ ਦੇ ਚੇਅਰਮੈਨ ਸਰਦਾਰ ਕਾਹਨ ਸਿੰਘ ਪੰਨੂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਸਮੇਤ ਹੋਰ ਅਧਿਕਾਰੀ ਨਾਲ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਮੀਟਿੰਗ ਕੀਤੀ। ਲੋਕਾਂ ਦੇ ਭਲੇ ਦੇ ਵਿੱਚ ਆ, ਪੰਜਾਬ ਦੇ ਭਲੇ ਦੇ ਵਿੱਚ ਆ, ਜਿਹੜਾ ਅਸੀਂ ਵਾਤਾਵਰਨ ਦੇ ਲਈ ਅਸੀਂ ਜ਼ੋਰ ਲਾ ਰਹੇ ਹਾਂ ਉਹਦੇ ਭਲੇ 'ਚ ਆ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮੈਨੇਜਮੈਂਟ ਇਹ ਘਾਟਾ ਸਹਿਣ ਲਈ ਵੀ ਤਿਆਰ ਆ। ਅਸੀਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਜਿਹੜੇ ਲਿਫਾਫੇ ਲੋਕ ਇੱਥੇ ਵੰਡਦੇ ਨੇ ਉਹ ਵੀ ਜਿਹੜੇ ਆ ਉਹ ਇਹੀ ਵਰਤਣ, ਇਹਨਾਂ ਇਹੀ ਖਰੀਦੇ ਜਾਣ। ਪਲਾਸਟਿਕ ਲਿਫਾਫੇ ਅਸੀਂ ਵਰਤਣ ਨਹੀਂ ਦਿਆਂਗੇ। 1 ਅਪ੍ਰੈਲ ਤੋਂ ਬਾਅਦ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਮੈਨੇਜਰ ਸਾਹਿਬ ਵੱਲੋਂ ਇਹ ਪ੍ਰਬੰਧ ਕਰਾਵਾਂਗੇ, ਪਰਚੇਜ਼ ਕਰਕੇ ਅਤੇ 1 ਅਪ੍ਰੈਲ ਤੋਂ ਲਾਗੂ ਕਰਦੇ ਹਾਂ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।